ਇਹ ਦੂਸਰੀ ਵਾਰੀ ਆ ਕਿ ਮਜੀਠੇ ਹਲਕੇ ਵਿੱਚ ਕੁਝ ਦਿਨਾਂ ਦੇ ਵਕਫੇ ਬਾਅਦ ਫਿਰ ਦੋ ਗੁੱਜਰਾਂ ਦਾ ਕਤਲ ਹੋਇਆ ਹੈ, ਪਰ ਇਸ ਵਾਰ ਮਾਮਲਾ ਉਲਟਾ ਹੈ। ਪਹਿਲੇ ਮਾਮਲੇ ਵਿੱਚ ਪਿੰਡ ਅਨੈਦਪੁਰ ਵਿਖੇ ਗੁੱਜਰਾਂ ਅਤੇ ਕਿਸਾਨ ਸਿੱਖਾਂ ਦੇ ਵਿਚਕਾਰ ਲੜਾਈ ਸੀ, ਪਰ ਇਸ ਵਾਰ ਗੁੱਜਰਾਂ ਦੀ ਆਪਸ ਵਿੱਚ ਲੜਾਈ ਹੈ। ਜਾਣਕਾਰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇੱਕ ਮਸੀਤ ਦੇ ਕਬਜ਼ੇ ਨੂੰ ਲੈ ਕੇ ਦੋਹਾਂ ਗੁੱਟਾਂ ਵਿਚਕਾਰ ਜੰਮ ਕੇ ਰੋੜੇਬਾਜ਼ੀ ਅਤੇ ਪੱਥਰਬਾਜ਼ੀ ਹੋਈ, ਜਿਸ ਵਿੱਚ ਦੋ ਗੁੱਜਰਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ 8 ਗੁੱਜਰ ਜ਼ਖਮੀ ਹਨ। ਸੂਚਨਾ ਮਿਲਣ ਤੱਕ 8 ਵਿੱਚੋਂ 1 ਦੀ ਹਾਲਤ ਗੰਭੀਰ ਹੈ। ਇਹ ਘਟਨਾ ਪਿੰਡ ਬੱਗੇ ਹਲਕਾ ਮਜੀਠਾ ਦੀ ਹੈ। ਇਹ ਦੂਸਰੀ ਵਾਰੀ ਹੈ ਕਿ ਮਜੀਠੇ ਹਲਕੇ ਵਿੱਚ ਮ੍ਰਿਤਕ ਕੁਝ ਦਿਨਾਂ ਦੇ ਵਕਫੇ ਬਾਅਦ ਫਿਰ ਦੋ ਗੁੱਜਰਾਂ ਦਾ ਕਤਲ ਹੋਇਆ ਹੈ, ਪਰ ਇਸ ਵਾਰ ਜੋ ਵੀ ਹੋਇਆ ਮਾੜਾ ਹੋਇਆ, ਨਹੀਂ ਹੋਣਾ ਚਾਹੀਦਾ। ਤਾਂ ਇੱਕ ਪਾਸੇ ਜਦੋਂ ਗੁੱਜਰਾਂ ਦੇ ਡੇਰਿਆਂ ਨੂੰ ਅੱਗ ਲਾਈਆਂ ਗਈਆਂ ਤਾਂ ਦੂਸਰੇ ਪਾਸੇ ਕਾਫੀ ਜ਼ਿਆਦਾ ਨੁਕਸਾਨ ਵੀ ਹੁੰਦਾ ਨਜ਼ਰ ਆ ਰਿਹਾ ਹੈ। ਠੀਕ ਹੈ ਤੁਹਾਡੇ ਲੋ ਪੁਲਿਸ ਮੌਕੇ ਤੇ ਸੀ, ਪੁਲਿਸ ਦੀ ਗੱਡੀ ਨੂੰ ਰੋੜੇ ਵੱਜਦੇ ਸੀ ਉਹਨਾਂ ਮੌਕੇ ਤੇ, ਪੁਲਿਸ ਮੌਕੇ ਤੇ ਖੜੀ ਸੀ। ਤਾਂ ਪੁਲਿਸ ਦੇ ਵੱਲੋਂ ਆਗਾ ਪਿੰਡ ਦੇ ਬੰਦੇ ਵੀ ਮੌਕੇ ਤੇ ਖੜੇ ਸੀ ਵੀ ਫੈਸਲਾ ਕਰ ਲਓ, ਇਹ ਕੰਮ ਨਾ ਕਰੋ। ਪੁਲਿਸ ਦੇ ਵੱਲੋਂ ਆਖਿਆ ਇਹ ਕੰਮ ਕਰਨਾ ਹੀ ਕਰਨਾ, ਇੱਕ ਬੰਦਾ ਮਾਰਨਾ। ਤੁਹਾਡੇ ਵੱਲੋਂ ਕਿਹਾ ਜਾ ਰਿਹਾ ਕਿ ਪੁਲਿਸ ਸਾਹਮਣੇ, ਪਰ ਪੁਲਿਸ ਦੇ ਵੱਲੋਂ ਕਿਸੇ ਨੂੰ ਫੜਿਆ ਨਹੀਂ ਗਿਆ ਰਾਤੀ? ਨਹੀਂ ਫੜਿਆ ਗਿਆ, ਬੰਦੇ ਜ਼ਿਆਦਾ ਹੀ ਨਹੀਂ ਫੜਿਆ ਗਿਆ, ਬੰਦੇ ਜ਼ਿਆਦਾ ਹੀ ਨਹੀਂ। ਪੁਲਿਸ ਚਾਹੁੰਦੀ ਤੇ ਬੰਦਿਆਂ ਨੂੰ ਫੜ ਸਕਦੀ, ਇਹਨਾਂ ਸਾਹਮਣੇ ਫਿਰ ਨਿਕਲੇ ਬੰਦੇ ਇੱਥੋਂ ਸਾਹਮਣੇ। ਇਹ ਇਹਨਾਂ ਨੇ ਟਰੈਕਟਰ ਫੜ ਕੇ ਖੜਿਆ ਵਾ, ਬੰਦੇ ਨਹੀਂ ਫੜੇ, ਟਰੈਕਟਰ ਉਹਨਾਂ ਦਾ ਫੜ ਕੇ ਖੜਿਆ। ਤਾਂ ਕੀ ਕਾਰਵਾਈ ਦੀ ਮੰਗ ਕਰਦੇ? ਕਾਰਵਾਈ ਇਹੋ ਮੰਗ ਜਾਂਦੇ ਅਸੀਂ, ਇਨਸਾਫ਼ ਮਿਲ ਜਾਵੇ ਸਾਨੂੰ, ਇਨਸਾਫ਼ ਮੰਗਦੇ ਹਾਂ ਅਸੀਂ, ਹੋਰ ਕੀ ਮੰਗਣਾ। ਤਾਂ ਕਿੰਨੇ ਜਣੇ ਜ਼ਖਮੀ ਹੋਏ ਨੇ ਇਹਦੇ ਵਿੱਚ? 4 ਜ਼ਖਮੀ ਆ, ਇੱਕ ਦੀ ਡੈਥ ਹੋ ਗਈ ਮੌਕੇ 'ਤੇ। ਠੀਕ ਹੈ। ਹਾਂਜੀ ਸਰ, ਕਿਹੜਾ ਪਿੰਡ ਹੈ ਅਤੇ ਕੀ ਆ ਜੀ ਇੱਥੇ? ਇਹ ਪਿੰਡ ਬੱਗਾ ਜੀ, ਥਾਣਾ ਮੱਤੇਵਾਲ ਅਤੇ ਗੁੱਜਰਾਂ ਦੇ ਕੋਲ ਹੀ ਹੈ ਜੀ, ਇਹਨਾਂ ਦਾ ਥੱਲੇ ਕਰ ਲਓ। ਸਰ ਕਿੰਨਾ ਨੁਕਸਾਨ ਹੋਇਆ ਜੀ ਇੱਥੇ? ਨੁਕਸਾਨ ਕੋਈ, ਇਹਨਾਂ ਦੀ ਇੱਕ ਦੀ ਡੈਥ ਹੋਈ ਹੈ ਝਗੜੇ 'ਚ, ਬਾਕੀ ਆ ਜਿਹੜਾ ਮੋਟਰਸਾਈਕਲ ਵਗੈਰਾ ਇੱਕ ਦੂਜੇ ਦੇ ਭੰਨੇ ਭੁੰਨੇ, ਉਹਨੂੰ ਅੱਗ ਲਾਈ। ਤਾਂ ਕੋਈ ਜ਼ਖਮੀ ਵੀ ਆਇਆ ਜੀ ਇਹਦੇ ਵਿੱਚ? ਜ਼ਖਮੀ ਹੋਏ ਹੋਣੇ, ਝਗੜਾ ਜੀ ਹੋਇਆ ਇਹਨਾਂ ਦਾ। ਕਾਰਨ ਕੀ ਹੈ ਸਰ ਝਗੜੇ ਦਾ? ਝਗੜੇ ਦਾ ਕਾਰਨ ਵੇਖੋ ਜੀ, ਮੈਰਿਜ ਦੀ ਅੱਜ ਹੀ ਲੱਗੀ ਆ, ਉਹ ਕਹਿੰਦੇ ਕੋਈ ਉਹ ਥੱਲੇ ਮਸਜਿਦ ਦੀ ਉਹਨਾਂ ਦੀ ਜਿਹੜੀ ਹੈਗੀ, ਉਹਦਾ ਕੁਝ ਮਤਲਬ ਜਿਹੜਾ ਮੌਲਵੀ ਲਾਉਣ ਵਾਸਤੇ ਕੋਈ ਹੋਈ ਕਰ ਦਿੰਦੀ ਆ। ਤਾਂ ਸਰ ਬਾਹਰੋਂ ਬੰਦੇ ਆਉਂਦੇ ਜੀ ਇਹਨਾਂ ਦੇ ਕੋਲ? ਆਏ ਕੱਲ੍ਹ ਆਏ ਜੀ, ਕੱਲ੍ਹ ਕੋਈ ਮਤਲਬ ਦੱਸਦੇ ਨੇ, ਕਾਫੀ ਲੋਕ ਇਕੱਠੇ ਹੋਏ ਸੀਗੇ। ਸਰ ਹੁਣ ਤੁਸੀਂ ਇੱਥੇ ਪਹੁੰਚੇ ਜੇ, ਕੀ ਕਾਰਵਾਈ ਕੀਤੀ ਜਾ ਰਹੀ ਹੈ? ਕੋਈ ਹੁਣ ਤਾਂ ਅਸੀਂ ਇਹ ਵੇਖ ਰਹੇ ਹਾਂ ਵੀ ਕੋਈ ਨੁਕਸਾਨ ਨਾ ਕਰੇ, ਹੋਰ ਇਹਨਾਂ ਦੇ ਫੁੱਲਾਂ ਦਾ ਕੋਈ, ਇਸ ਕਰਕੇ ਖਰੀਦ ਨਹੀਂ ਕਰਾਈ। ਅਤੇ ਹੁਣ ਝਗੜਾ ਹੁਣ ਦੇ ਸਾਰ ਹੈਗੇ ਕੋਈ? ਝਗੜਾ ਤਾਂ ਹੈ ਨਹੀਂ ਕੋਈ। ਸਰ ਕਿੰਨੀਆਂ ਕੁ ਟੀਮਾਂ ਬਾਹਰੋਂ ਲਗਾਈਆਂ ਗਈਆਂ ਜੀ ਪੁਲਿਸ ਦੀਆਂ ਇੱਥੇ ਪਿੰਡ ਦੇ ਵਿੱਚ? ਪੁਲਿਸ ਦੀ ਕਾਫੀ ਫੋਰਸ ਲਾਈ ਗਈ ਹੈ। ਤਾਂ ਕਿਸੇ ਦੀ ਗ੍ਰਿਫਤਾਰੀ ਹੋਈ ਆ ਇਹਦੇ ਬਾਰੇ? ਮੈਨੂੰ ਠੀਕ ਹੈ ਜੀ, ਠੀਕ ਹੈ ਜੀ।